ਕਰਤਾਰ ਸਿੰਘ ਦੁੱਗਲ ਦੀ ਕਹਾਣੀ ਰੁਕਮਣੀ ਦਾ ਡਾਡਾ ਰੱਬ ਬਾਕੀ ਦਾ ਹਿੱਸਾ ਰਕੋ ਬੰਦੜੀਏ ਤੇ ਰਕੋ ਜਨਾਰੇ ਕਈ ਵਰੀ ਹੋਏ ਕਿਸੇ ਨੇ ਖਫਾ ਹੋ ਕੇ ਉਹਨੂੰ ਗਾਲੀਆਂ ਬਕੀਆਂ ਸਨ ਇਹ ਤੇ ਹੋਰ ਕਿੰਨਾ ਕੁਝ ਬੁਰਾ ਭਲਾ ਇਸ ਤਰ੍ਹਾਂ ਦੀਆਂ ਸਲਾਬਤਾਂ ਮੁਹਾਰੀਆਂ ਉਹਦੇ ਕੰਨਾਂ 'ਚ ਗੂੰਜਣ ਲੱਗ ਪੈਦੀਆਂ ਰਕੋ ਬੰਦੜੀਏ ਤੇਰੇ ਸਿਰ ਸਵਾ ਪਈ ਸਿਰ ਸਵਾ ਤੇ ਪੈ ਰਹੀ ਸੀ ਹੋਰ ਕਿਵੇਂ ਕਿਸੇ ਦਾ ਮੂੰਹ ਕਾਲਾ ਹੁੰਦਾ ਹੈ ਹੋਰ ਕਿਵੇਂ ਕਿਸੇ ਦੀ ਬੇਪਤੀ ਹੁੰਦੀ ਹੈ ਤੇ ਰੁਕਮਣੀ ਆਪਣੇ ਕੰਨਾਂ ਨੂੰ ਪਕੜਦੀ ਮੁੜ-ਮੁੜ ਹੱਥ ਜੋੜਦੀ ਮਨ ਹੀ ਮਨ ਆਪਣੀਆਂ ਭੁੱਲਾਂ ਬਖਸ਼ਉਂਦੀ ਤਾਂ ਵੀ ਉਸ ਸ਼ਾਮ ਇਹ ਸੁਣ ਕੇ ਕਿ ਬਰਗੇਡੀਅਰ ਕਾਮਰਾਨ ਉਹਨਾਂ ਦੇ ਸ਼ਹਿਰ ਆ ਰਿਹਾ ਸੀ ਰੁਕਮਣੀ ਦੇ ਚਿਹਰੇ ਤੇ ਇੱਕਦਮ ਰੌਣਕ ਆ ਗਈ ਤੇ ਫਿਰ ਉਸ ਨੂੰ ਕਿਸੇ ਕਿਹਾ ਦੋ ਚਾਰ ਦਿਨ ਰਹਿ ਕੇ ਬਰਗੇਡੀਅਰ ਕਾਮਰਾਨ ਮਨਾਲੀ ਜਾ ਰਿਹਾ ਸੀ ਰੁਕਮਣੀ ਸੋਚਦੀ ਉਸ ਮਨਾਲੀ ਨਹੀਂ ਵੇਖੀ ਸੀ ਉਹ ਵੀ ਉਹਦੇ ਨਾਲ ਜਾਏਗੀ ਉਹਦਾ ਸ਼ੋਰ ਕੋਰਸ ਕਰਨ ਗਿਆ ਹੋਇਆ ਸੀ ਕਿਚੋ ਕੱਲੀ ਸੀ ਉਹ ਤੇ ਉਹਦੇ ਨਾਲ ਮਨਾਲੀ ਜ਼ਰੂਰ ਜਾਏਗੀ ਫਿਰ ਉਹਨੂੰ ਪਤਾ ਲੱਗਾ ਉਹ ਸਰਕਾਰੀ ਗੱਡੀ 'ਚ ਜਾ ਰਿਹਾ ਸੀ ਉਹਦੇ ਨਾਲ ਇੱਕ ਹੋਰ ਅਫਸਰ ਸੀ ਰੁਕਮਣੀ ਨੇ ਆਪਣਾ ਮਨ ਹੋਰ ਪੱਕਾ ਬਣਾ ਲਿਆ ਸਰਕਾਰੀ ਗੱਡੀ 'ਚ ਇੱਕ ਵਾਧੂ ਸੀਟ ਤੇ ਨਿਕਲ ਹੀ ਆਏਗੀ ਮਨਾਲੀ ਵਰਗੇ ਜਾਦੂਮਈ ਸ਼ਹਿਰ 'ਚ ਉਹਦੇ ਨਾਲ ਰੁਕਮਣੀ ਅੱਠੇ ਪੈਰ ਇੱਕ ਨਸ਼ੇ-ਨਸ਼ੇ 'ਚ ਗੜੂੰਦ ਪਈ ਰਹਿੰਦੀ ਕਲਮਕੱਲੀ ਬੈਠੀ ਸੁਪਨਿਆਂ ਦੇ ਕਿਲੇ ਉਸਾਰਦੀ ਰਹਿੰਦੀ ਲੱਖ ਗੱਲਾਂ ਸੋਚਦੀ ਜਿਹੜੀਆਂ ਉਹਦੇ ਨਾਲੋਂ ਕਰੇਗੀ ਲੱਖ ਮਿਹਣੇ ਲੱਖ ਤਾਨੇ ਲੱਖ ਸ਼ਿਕਾਇਤਾਂ ਤੇ ਫੇਰ ਉਹ ਆਇਆ ਉਹਨਾਂ ਦੇ ਸ਼ਹਿਰ ਰੱਪੜ ਕੇ ਪਹਿਲੀ ਗੱਲ ਉਸ ਰੁਕਮਣੀ ਨੂੰ ਟੈਲੀਫੋਨ ਕੀਤਾ ਰੁਕਮਣੀ ਜਿਵੇਂ ਉਹਦੀ ਉਡੀਕ ਕਰ ਰਹੀ ਹੋਵੇ ਤੁਸੀਂ ਕਦੋਂ ਇੱਧਰ ਆ ਰਹੇ ਹੋ ਸਾਡੇ ਕਿਉਂ ਨਹੀਂ ਤੁਸੀਂ ਠਹਿਰੇ ਹੁਣੇ ਕਿਉਂ ਨਹੀਂ ਆ ਜਾਂਦੇ ਪਰੇਕੀ ਰੁਕਮਣੀ ਸੁਣ ਰਹੀ ਸੀ ਉਹਦੇ ਨਾਲ ਬੀگم ਕਾਮਰਾਨ ਵੀ ਸੀ ਰੁਕਮਣੀ ਤੇ ਜਿਵੇਂ ਕਿਸੇ 100 ਘੜੇ ਪਾਣੀ ਆਣ ਪਾਇਆ ਹੋਵੇ ਉਦੇ ਮੂੰ ਦਾ ਸਵਾਦ ਫਿੱਕਾ ਫਿੱਕਾ ਹੋ ਗਿਆ। ਉਹਦੀ ਜ਼ਬਾਨ ਲੜਖੜਾਨ ਲੱਗ ਪਈ। ਉਹਦਾ ਚਿਹਰਾ ਹਿਸ ਗਿਆ। ਪਰ ਜਿਸ ਸੌਰਤ ਨੇ ਉਹ ਤੋਂ ਬਾਅਦ ਟੈਲੀਫੋਨ ਤੇ ਉਹਦੇ ਨਾਲ ਗੱਲ ਕੀਤੀ, ਹਾਈ ਉਹ ਕਿੰਨੀ ਪਿਆਰੀ ਸੀ। ਕਿੰਨਾ ਸਲੀਕਾ ਮਿੱਠ ਬੋਲੜੀ, ਕਿੰਨੀ ਮਧੁਰ। ਸ਼ਾਮੀ ਜਦੋਂ ਉਹਨਾਂ ਦੀ ਮੁਲਾਕਾਤ ਹੋਈ, ਰੁਕਮਣੀ ਤਾਂ ਉਹਨੂੰ ਵੇਖਦੀ ਰਹਿ ਗਈ। ਬੇਗਮ ਕਾਮਰਾਨ ਤਾਂ ਉਹ ਤੋਂ ਵੀ ਕਿਤੇ ਜ਼ਿਆਦਾ ਸੁੰਦਰ ਸੀ ਜਿੰਨਾ ਉਸ ਅੰਦਾਜ਼ਾ ਲਾਇਆ ਸੀ। ਰੁਕਮਣੀ ਨੂੰ ਆਪਣੇ ਆਪ ਤੇ ਡਾਢੀ ਸ਼ਰਮ ਆਈ। ਮੂੜ ਮੂੜ ਮਨੀ ਮਨ ਸ਼ਰਮਿੰਦਾ ਹੋਣ ਲੱਗ ਪਈ ਇਹ ਫੈਸਲਾ ਪੱਕਾ ਹੋ ਗਿਆ ਕਿ ਰੁਕਮਣੀ ਵੀ ਉਹਦੇ ਨਾਲ ਮਨਾਲੀ ਜਾਏਗੀ ਉਹਨਾਂ ਦੇ ਨਾਲ ਇੱਕ ਹੋਰ ਜੋੜਾ ਸੀ ਮੇਜਰ ਸ਼ੋਰੀ ਤੇ ਉਹਦੀ ਤ੍ਰਿਮਤ ਮਨਾਲੀ ਲਈ ਤੁਰਨ ਤੋਂ ਪਹਿਲੇ ਹਰ ਰੋਜ਼ ਸ਼ਾਮੀ ਕਲੱਬ ਵਿੱਚ ਰਸਤੇ ਦੇ ਸਫ਼ਰ ਦੀਆਂ ਤਿਆਰੀਆਂ ਹੁੰਦੀਆਂ ਰਹਿੰਦੀਆਂ ਮਨਾਲੀ ਵਿੱਚ ਸੈਰ ਦੇ ਪ੍ਰੋਗਰਾਮ ਬਣਦੇ ਰਹਿੰਦੇ ਉਹ ਤੇ ਰੋਹਤਾਂਗ ਤੱਕ ਜਾਣਗੇ ਕਦੀ ਰੁਕਮਣੀ ਨੂੰ ਇਹ ਸਭ ਕੁਝ ਚੰਗਾ ਚੰਗਾ ਲੱਗਦਾ ਕਦੀ ਉਹਨੂੰ ਆਪਣੇ ਆਪ ਤੋਂ ਡਰ ਲੱਗਣ ਲੱਗ ਪੈਂਦਾ ਪਰੀ ਇੱਕ ਹੜ ਜਿਆ ਸੀ ਜਿਸ ਚ ਇੱਕ ਕੱਖ ਦੀ ਤਰ੍ਹਾਂ ਵਹਿੰਦੀ ਚਲੀ ਜਾ ਰਹੀ ਸੀ ਤੇ ਫਿਰ ਰੁਕਮਣੀ ਦੇ ਕੰਨ 'ਚ ਕਿਸੇ ਪਾਇਆ ਕਿ ਮਨਾਲੀ ਖਬਰੀ ਉਹ ਨਹੀਂ ਜਾ ਸਕੇਗੀ ਕਿਉਂ ਉਹਨੂੰ ਦੱਸਣ ਵਾਲੇ ਨੇ ਦੱਸਿਆ ਕਿ ਜੋਂਗੇ 'ਚ ਡਰਾਈਵਰ ਤੇ ਅਰਧਲੀ ਤੋਂ ਇਲਾਵਾ ਬਸ ਚਾਰ ਸਵਾਰੀਆਂ ਹੀ ਬੈਠ ਸਕਦੀਆਂ ਸਨ ਨਾਲੇ ਰਸਤੇ 'ਚ ਸਰਕਾਰੀ ਤੌਰ ਤੇ ਠਹਿਰਨ ਦਾ ਇੰਤਜ਼ਾਮ ਵੀ ਚਾਰ ਬੰਦਿਆਂ ਲਈ ਕੀਤਾ ਗਿਆ ਸੀ ਜੇ ਇਸ ਤਰ੍ਹਾਂ ਦੀ ਕੋਈ ਮੁਸ਼ਕਲ ਸੀ ਤਾਂ ਬ੍ਰਿਗੇਡੀਅਰ ਕਾਮਰਾਨ ਨੂੰ ਉਹਦੇ ਨਾਲ ਗੱਲ ਕਰਨੀ ਚਾਹੀਦੀ ਸੀ ਉਸਤ ਰੁਕਮਣੀ ਨਾਲ ਇਸ ਮੁਸ਼ਕਲ ਦਾ ਕਦੀ ਜ਼ਿਕਰ ਨਹੀਂ ਕੀਤਾ ਸੀ ਤੇ ਜਦੋਂ ਉਹਦੀ ਟੈਲੀਫੋਨ ਆਂਦੀ ਜਦੋਂ ਮੁਲਾਕਾਤ ਹੁੰਦੀ ਬਸ ਇਹੀ ਕਹਿੰਦਾ ਤੁਹਾਡੀ ਤਿਆਰੀ ਪੱਕੀ ਹੈ ਨਾ ਵਕਤ ਦੇ ਵਕਤ ਇਰਾਦਾ ਨਾ ਬਦਲ ਲੈਣਾ ਤੇ ਅਗਲੀ ਸਵੇਰ ਉਹਣਾ ਮਨਾਲੀ ਲਈ ਚੱਲਣਾ ਸੀ ਤੇ ਰੁਕਮਣੀ ਨੂੰ ਪਤਾ ਲੱਗਾ ਜਿਹੜੀ ਕਨਸੋ ਦੇ ਕੰਨ ਚ ਕਿਸੇ ਪਾਈ ਸੀ ਉਹ 100% ਦੀ ਠੀਕ ਸੀ ਬਰਗੇਡੀਅਰ ਕਾਮਰਾਨ ਨੇ ਆਪਣੇ ਯੂਪ ਵਾਲਿਆਂ ਦੇ ਮਹਿਬੂਬ ਅੰਦਾਜ਼ ਵਿੱਚ ਰੁਕਮਣੀ ਨੂੰ ਦੱਸਿਆ ਆਹੋ ਇਸ ਤਰ੍ਹਾਂ ਦੀ ਕੜਚਨ ਸਾਡੇ ਸਾਹਮਣੇ ਆਈ ਸੀ ਪਰ ਇਹਨੂੰ ਸੁਲਝਾ ਲਿੱਤਾ ਗਿਆ ਰੁਕਮਣੀ ਨੇ ਇਸ ਬਾਰੇ ਮੀਨਮੇਖ ਕੱਢਣੀ ਮੁਨਾਸਬ ਨਹੀਂ ਸਮਝੀ ਉਹਨੂੰ ਇਹ ਸੁਣ ਕੇ ਬਰਗੇਡੀਅਰ ਕਾਮਰਾਨ ਤੇ ਹੋਰ ਪਿਆਰ ਆਇਆ ਆਪਣੀ ਮੁਹੱਬਤ ਤੇ ਹੋਰ ਭਰੋਸਾ ਵਧਿਆ ਕੋਈ ਹੋਰ ਫੱਬਣ ਉਹਦੇ ਚਿਹਰੇ 'ਚ ਢਲਕਣ ਲੱਗ ਪਈ ਉਸ ਰਾਤ ਉਹਦੇ ਅੰਗ-ਅੰਗ 'ਚ ਜਿਵੇਂ ਕੁਤਕੁਤਾੜੀਆਂ ਹੁੰਦੀਆਂ ਰਹੀਆਂ ਅਗਲੀ ਸਵੇਰ ਪਰਭਾਤੇ ਉਹਨਾਂ ਮਨਾਲੀ ਦੀ ਤੁਰਨਾ ਸੀ ਜਦੋਂ ਜੋਗਾ ਨੂੰ ਲੈਣ ਲਈ ਆਇਆ ਬਾਕੀ ਸਾਰੇ ਬੈਠੇ ਸਨ ਪਰ ਬੀਗਮ ਕਾਮਰਾਨ ਨਹੀਂ ਸੀ ਤੇ ਰੁਕਮਣੀ ਸੁਣ ਕੇ ਹੈਰਾਨ ਰਹਿ ਗਈ ਉਹ ਹਵਾਈ ਜਹਾਜ਼ ਚਾਰੇ ਨੇ ਮਿਸਿਸ ਸ਼ੋਰੀ ਨੇ ਉਹਨੂੰ ਦੱਸਿਆ ਪਰ ਕਿਉਂ ਜੋੰਗੇ ਦੇ ਸਫ਼ਰ ਚ ਉਹਨੂੰ ਮਤਲੀ ਹੋਣ ਲੱਗ ਪੈਂਦੀ ਏ ਤੇ ਫਿਰ ਇੰਨਾ ਲੰਮਾ ਸਫ਼ਰ ਉਹ ਤੇ ਰਾਹ ਚ ਹੀ ਇੰਤਕਾਲ ਕਰ ਗਈ ਕਰ ਜਾਂਦੀ ਬਰਗੇਡੀਅਰ ਕਾਮਰਾਨ ਨੇ ਇੰਜ ਹੱਸਦੇ ਹੋਏ ਕਿਹਾ ਕਿ ਗੱਲ ਆਈ ਗਈ ਹੋ ਗਈ ਜੋੰਗੇ ਚ ਬੈਠੀ ਮੁਰਮੁਰ ਰੁਕਮਣੀ ਸੋਚਣ ਲੱਗ ਪੈਂਦੀ ਏ ਇਹ ਜ਼ਿਆਤੀ ਸੀ ਇੰਜ ਨਹੀਂ ਹੋਣਾ ਚਾਹੀਦਾ ਸੀ ਪਰ ਉਹਦੇ ਨਾਲ ਦੀ ਸੀਟ ਤੇ ਬਰਗੇਡੀਅਰ ਕਮਰਾਨ ਬੈਠਾ ਸੀ ਜਿਵੇਂ ਉਹਦਾ ਕੋਈ ਸੁਪਨਾ ਪੂਰਾ ਹੋ ਗਿਆ ਹੋਵੇ ਤੇ ਸਭ ਕੁਝ ਭੁੱਲ ਭੁਲਾ ਜਾਂਦੀ ਇੱਕ ਸਵਾਦ ਸਵਾਦ ਚ ਉਹਦੀਆਂ ਅੱਖੀਆਂ ਮੁੰਦ-ਮੁੰਦ ਜਾਂਦੀਆਂ ਸਾਹਮਣੀ ਸੀਟ ਤੇ ਮੇਜਰ ਸ਼ੋਰੀ ਤੇ ਮਿਸਿਸ ਸ਼ੋਰੀ ਸਨ ਅਗਲੀ ਸੀਟ ਤੇ ਡਰਾਈਵਰ ਨਾਲ ਉਹਨਾਂ ਦਾ ਅਰਧਲੀ ਸੀ ਤੇ ਰਸਤੇ 'ਚ ਉਹਨਾਂ ਦੀ ਖਿਦਮਤ ਕਰਨ ਲਈ ਹਾਏ ਬਰਗੇਡੀਅਰ ਕਾਮਰਾਨ ਕਿੰਨੀ ਪਿਆਰੀ ਉਰਦੂ ਬੋਲਦਾ ਸੀ ਹਾਏ ਬਰਗੇਡੀਅਰ ਕਾਮਰਾਨ ਚ ਕਿੰਨਾ ਸਲੀਕਾ ਸੀ ਹਾਏ ਬਰਗੇਡੀਅਰ ਕਾਮਰਾਨ ਕਿੰਨਾ ਖੁਸ਼ ਰਹਿਣਾ ਸੀ ਗੱਲ ਗੱਲ ਤੇ ਲਤੀਫੇ ਗੱਲ ਗੱਲ ਤੇ ਮਜ਼ਾਕ ਹਸਾ-ਸਾ ਮਾਰਦਾ ਤੇ ਫਿਰ ਉਹਨਾਂ ਜੋਂਗੇ ਜੀ ਰਮੀ ਖੇਡਣੀ ਸ਼ੁਰੂ ਕਰ ਦਿੱਤੀ ਹਾਰਦਾ ਜਾ ਰਿਹਾ ਸੀ ਹਾਰਦਾ ਜਾ ਰਿਹਾ ਸੀ ਕੋਈ ਹੱਥ ਤੇ ਜਿੱਤੇ ਰੁਕਮਣੀ ਦਿਲੀ ਦਿਲ ਚ ਕਹਿੰਦੀ ਹੈ ਰੱਬਾ ਮੇਰੇ ਪੱਤੇ ਇਹਨੂੰ ਦੇ ਛੱਡ ਪਰ ਨਹੀਂ ਉਹ ਤੇ ਹਾਰਦਾ ਜਾ ਰਿਹਾ ਸੀ ਜਿਉਂ ਜਿਉਂ ਹਾਰਦਾ ਰੁਕਮਣੀ ਨੂੰ ਹੋਰ ਹੋਰ ਉਹ ਤੇ ਲਾਡ ਆਂਦਾ ਵਿਚਾਰਾ ਬਰਗੇਡੀਅਰ ਕਾਮਰਾਨ ਤੇ ਫਿਰ ਰੁਕਮਣੀ ਦਾ ਤਰਾ ਨਿਕਲ ਗਿਆ ਗੱਲ ਇੰਜ ਹੋਈ ਕੋਈ 3 ਘੰਟੇ ਬਾਅਦ ਸੜਕ ਤੇ ਖਲੋਤੇ ਮਿਲਟਰੀ ਦੇ ਕੁਝ ਕਰਮਚਾਰੀਆਂ ਨੇ ਹੱਥ ਦੇ ਕੇ ਉਹਨਾਂ ਦੇ ਜੁੰਗੇ ਨੂੰ ਰੋਕਿਆ ਉਸ ਫੌਜੀ ਚੌਕੀ ਤੇ ਉਹਨਾਂ ਦੇ ਨਾਸ਼ਤੇ ਦਾ ਇੰਤਜ਼ਾਮ ਕੀਤਾ ਗਿਆ ਸੀ ਮੈਸਜ ਉਹਨਾਂ ਦੀ ਉਡੀਕ ਹੋ ਰਹੀ ਸੀ ਜੋੰਗੇ ਨੂੰ ਵੇਖ ਕੇ ਮੈਸਜ ਇੰਤਜ਼ਾਰ ਕਰ ਰਹੇ ਅਫਸਰ ਤਾਵਲੇ ਤਾਵਲੇ ਬਾਹਰ ਆਏ ਇੱਕ ਅਫਸਰ ਅੱਗੇ ਵੱਧ ਕੇ ਬਰਗੇਡੀਅਰ ਕਮਰਾਨ ਨੂੰ ਮਿਲਿਆ ਫਿਰ ਨਾਲ ਦੇ ਅਫਸਰ ਨਾਲ ਉਹਨਾਂ ਦੀ ਮੁਲਾਕਾਤ ਕਰਾਉਂਦੇ ਹੋਏ ਸਕੇ ਬਰਗੇਡੀਅਰ ਕਮਰਾਨ ਬੇਗਮ ਕਮਰਾਨ ਮੇਜਰ ਸ਼ੋਰੀ ਮਿਸ ਸ਼ੋਰੀ ਇਸ ਜਲਦੀ 'ਚ ਉਹ ਸਭ ਕੁਝ ਕਹਿ ਗਿਆ ਕਿ ਕਿਸੇ ਨੂੰ ਮੌਕਾ ਤੱਕ ਨਹੀਂ ਮਿਲਿਆ ਉਹਨੂੰ ਦਰਸਤ ਕਰੇ ਇੰਨੇ 'ਚ ਕੁਝ ਅਫਸਰ ਹੋਰ ਆ ਗਏ ਬਰਗੇਡੀਅਰ ਕਮਰਾਨ ਦੀ ਉਹਨਾਂ ਨਾਲ ਮੁਲਾਕਾਤ ਕਰਵਾਈ ਜਾਣ ਲੱਗ ਪਈ मेज पे नाश्ता लग चुका ਸੀ ਕਿਉਂਕਿ ਉਹਨਾਂ ਅਜੇ ਆਪਣਾ ਸਫ਼ਰ ਜਾਰੀ ਰੱਖਣਾ ਸੀ ਤਾਬਲੇ-ਤਾਬਲੇ ਉਹ ਲੋਕ ਨਾਸ਼ਤਾ ਕਰਨ ਲੱਗ ਪਏ ਨਾਸ਼ਤੇ ਦੀ ਮੇਜ਼ ਤੇ ਫੌਜੀ ਅਫਸਰ ਦੁਨੀਆ ਭਰ ਦੀਆਂ ਗੱਲਾਂ ਕਰਦੇ ਰਹੇ ਰੁਕਮਣੀ ਦੇ ਘਰ ਵਾਲੇ ਦਾ ਇੱਕ ਵਾਰ ਵੀ ਤੇ ਜ਼ਿਕਰ ਨਹੀਂ ਆਇਆ ਸੀ ਇੱਕ ਵਾਰ ਵੀ ਤੇ ਕਿਸੇ ਨੇ ਇਸ ਗਲਤ ਫਹਮੀ ਨੂੰ ਦੂਰ ਨਹੀਂ ਕੀਤਾ ਸੀ ਤੇ ਉਹ ਬੀਗਮ ਕਾਮਰਾਂ ਨਹੀਂ ਸੀ ਉਹ ਤੇ ਰੁਕਮਣੀ ਸੀ ਕਰਨੈਲ ਨੰਦਾ ਦੀ ਤ੍ਰਿਮਤ ਫौज ਦੀ ਅਗਲੀ ਚੌਂਕੀ ਤੇ ਜਿੱਥੇ ਉਹਨਾਂ ਦੇ ਦੁਪਹਿਰ ਦੇ ਖਾਣੇ ਦਾ ਇੰਤਜ਼ਾਮ ਸੀ ਜੋਂਗੇ ਚੋਂ ਨਿਕਲਦੇ ਬਰਗੇਡੀਅਰ ਕਾਮਰਾਨ ਨੇ ਪਹਿਲੀ ਗੱਲ ਰੁਕਮਣੀ ਦੀ ਮੁਲਾਕਾਤ ਕਰਾਈ ਤਾਂ ਜੋ ਪਿਛਲੀ ਚੌਂਕੀ ਵਾਲੀ ਗੜਬੜ ਨਾ ਹੋਵੇ ਪਰ ਮੈਸੇਜ 'ਚ ਬਾਕੀ ਅਫਸਰਾਂ ਨਾਲ ਖਾਣਾ ਖਾ ਰਹੀ ਮੁਰਮੁਰ ਰੁਕਮਣੀ ਦੇ ਕੰਨਾਂ 'ਚ ਆਵਾਜ਼ਾਂ ਆਉਂਦੀਆਂ ਬੇਗਮ ਕਾਮਰਾਨ ਬੇਗਮ ਕਾਮਰਾਨ ਫੌਜੀ ਅਫਸਰ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਰੁਕਮਣੀ ਨੂੰ ਬੇਗਮ ਕਾਮਰਾਨ ਸਮਝ ਰਹੇ ਸਨ ਤੇ ਫਿਰ ਉਹਦਾ ਮੂੰਹ ਲਾਲ ਬਿੰਬ ਹੋ ਗਿਆ ਉਦੇ ਗੁਆਂਢ ਬੈਠਾ ਜੋੜਾ ਇੱਕ ਦੂਜੇ ਨੂੰ ਗੋਸ਼ੇ ਕਰ ਰਿਹਾ ਸੀ ਮੁਸਲਮਾਨ ਔਰਤ ਸੋਹਣੀ ਹੋਵੇ ਤਾਂ ਗੱਜਬ ਦੀ ਸੋਹਣੀ ਹੁੰਦੀ ਹੈ ਮਰਦ ਨੇ ਕਿਹਾ ਤੇ ਬੇਗਮ ਕਾਮਰਾਨ ਦੇ ਚਿਹਰੇ ਵੱਲ ਵੇਖਿਆ ਨਹੀਂ ਜਾਂਦਾ ਅੱਖਾਂ ਚੁੰਧਿਆ ਜਾਂਦੀਆਂ ਨੇ ਉਹਦੀ ਤ੍ਰਿਮਤ ਨੇ ਹੰਗਾਰਾ ਭਰਿਆ ਰੁਕਮਣੀ ਨੇ ਸੁਣਿਆ ਤੇ ਇੱਕ ਨਸ਼ੇ ਚ ਜਿਵੇਂ ਉਹ ਮਧੂਰਸ਼ ਹੋ ਗਈ ਹੋਵੇ ਇੱਕ ਸਵਾਦ ਸਵਾਦ ਇੱਕ ਸਰੂਰ ਇੱਕ ਹੁਲਾਰ ਤੇ ਉਹਨੂੰ ਪਤਾ ਵੀ ਨਹੀਂ ਲੱਗਾ ਕਦੋਂ ਉਹਨਾਂ ਦਾ ਖਾਣਾ ਖਤਮ ਹੋਇਆ ਕਦੋਂ ਲੋਕ ਮੁੜ ਜਊਂਗੇ ਚ ਜਾ ਬੈਠੇ ਠੰਡੀ ਮਿੱਠੀ ਹਵਾ ਉਹਦੇ ਵਾਲ ਉੱਡ ਉੱਡ ਕੇ ਉਹਦੇ ਮੂੰਹ ਤੇ ਪੈ ਰਹੇ ਸਨ ਉਹਦੀਆਂ ਪਲਕਾਂ ਢਿੜ ਢਿੜ ਜਾ ਰਹੀਆਂ ਸਨ ਉਹ ਸੋਚਦੀ ਖਾਣਾ ਖਬਰੇ ਭਾਰੀ ਸੀ ਨਾਲੇ ਉਸ ਖਾਦਾ ਵੀ ਤਾਂ ਕਿੰਨਾ ਸੀ ਖਾਂਦੀ ਗਈ ਸੀ ਖਾਂਦੇ ਗਈ ਸੀ ਘਰ ਵਿੱਚ ਤਾਂ ਉਸ ਕਦੀ ਇੰਨਾ ਨਹੀਂ ਖਾਦਾ ਸੀ ਤਦੇ ਤੇ ਉਹ ਮੁਰਮੁਰ ਉਂਗਲਾਂਣ ਲੱਗ ਪੈਂਦੀ ਸੀ ਤੇ ਬਰਗੇਡੀਅਰ ਕਮਰਾਨ ਤਾਂ ਕਦੋਂ ਦਾ ਅੱਖਾਂ ਬੁੰਦੀ ਸੁਸਤਾਰਿਆ ਸੀ ਸ਼ਾਮ ਦੀ ਚਾਹ ਪੀਣ ਲਈ ਅਗਲੀ ਚੌਕੀ ਤੇ ਫੇਰ ਉਹੀ ਗਲਤਫਹਿਮੀ ਜੋਂਗੇ ਤੋਂ ਉੱਤਰ ਦੀ ਬਰਗੇਡੀਅਰ ਕਾਮਰਾਨ ਨੇ ਸਭ ਤੋਂ ਪਹਿਲੇ ਰੁਕਮਣੀ ਨੂੰ ਮਿਲਾਇਆ ਪਰ ਇਸ ਤੋਂ ਵਧੇਕ ਵਾਰ ਚਾਹ ਪੀਦੇ ਅਫਸਰ ਉਹਦੇ ਨਾਲ ਬੇਗਮ ਕਾਮਰਾਨ ਕਹਿ ਕੇ ਮੁਖਾਤਬ ਹੁੰਦੇ ਰੁਕਮਣੀ ਨੇ ਕਿਸੇ ਨੂੰ ਵੀ ਟੋਕਣ ਦੀ ਕੋਸ਼ਿਸ਼ ਨਹੀਂ ਕੀਤੀ ਇਹ ਹਲਕਾ ਜਿਹਾ ਝਟਕਾ ਉਹਨੂੰ ਜ਼ਰੂਰ ਲੱਗਦਾ ਪਰ ਫਿਰ ਉਹ ਦਰਗੁਜ਼ਰ ਕਰ ਜਾਂਦੀ ਬੇਗਮ ਕਾਮਰਾਨ ਕਹਿ ਕੇ ਉਹਨੂੰ ਕੋਈ ਬੁਲਾਉਂਦਾ ਤੇ ਜਿਵੇਂ ਉਹਦੇ ਕੰਨਾਂ 'ਚ ਕੋਈ ਨਗਮਾ ਗੂੰਜਣ ਲੱਗ ਪੈਂਦਾ ਜੋਗੇ 'ਚ ਫਿਰ ਕੁਛੇਰ ਤਾਸ਼ ਦੀ ਬਾਜ਼ੀ ਲੱਗੀ ਬਰਗੇਡੀਅਰ ਕਮਰਾਨ ਹਾਰਦਾ ਹੀ ਜਾ ਰਿਹਾ ਸੀ ਇੱਕ ਬਾਜ਼ੀ ਦੂਜੀ ਬਾਜ਼ੀ ਤੀਜੀ ਬਾਜ਼ੀ ਤੇ ਫਿਰ ਪਰੇਸ਼ਾਨ ਹੋ ਕੇ ਰੁਕਮਨੀ ਨੇ ਤਾਸ਼ ਦੇ ਪੱਤਿਆਂ ਨੂੰ ਗੱਡਮੱਡ ਕਰ ਦਿੱਤਾ ਇਸ ਵਾਰੀ ਜੇ ਹਾਰਦਾ ਤਾਂ ਵਿਚਾਰੇ ਬਰਗੇਡੀਅਰ ਕਮਰਾਨ ਦੀ ਭਾਵੇਂ ਜੇਬ ਵੀ ਖਾਲੀ ਹੋ ਜਾਂਦੀ ਸ਼ਾਮ ਡੁੰਗੀ ਹੋ ਗਈ ਸੀ ਸੂਰਜ ਡੁੱਬਣ ਡੁੱਬਣ ਨੂੰ ਕਰ ਰਿਹਾ ਸੀ ਆਕਾਸ਼ ਦੀ ਲਾਲਿਮਾ ਜਿਵੇਂ ਕੋਈ ਗੁਲਾਲ ਖੇਡ ਰਿਹਾ ਹੋਵੇ ਰੰਗਾਂ ਚੋਂ ਰੰਗ ਨਿਕਲਦੇ ਜਾ ਰਹੇ ਸਨ ਹਵਾ ਕਿੰਨੀ ਠੰਡੀ ਹੋ ਗਈ ਸੀ ਠੰਡੀ ਤੇ ਮਿੱਠੀ ਜੀ ਕਰਦਾ ਸ਼ਾਲ ਦੀ ਬੁੱਕਲ ਨੂੰ ਹੋਰ ਹੋਰ ਕੱਸ ਕੇ ਕੋਈ ਬੁਲੇਟਦਾ ਜਾਏ। ਪਲਾਤਾ ਪਲਾਤਾ ਹਨੇਰਾ ਹੋਣ ਲੱਗ ਪਿਆ। ਸਾਰੇ ਦਿਨ ਦੀ ਥੱਕੀ ਰੁਕਮਣੀ ਉਂਗਲਾਂਣ ਲੱਗ ਪਈ ਪਰ ਉਹ ਪਲਕਾਂ ਨੂੰ ਜੁੜਨ ਨਹੀਂ ਦੇ ਰਹੀ ਸੀ। ਮੜ ਮੜ ਉਹ ਅੱਖੀਆਂ ਟੱਡਦੀ, ਇੱਧਰ ਉੱਧਰ ਵੇਖਦੀ। ਹਰ ਕੋਈ ਉਂਗਲਾ ਰਿਆ ਸੀ ਫਿਰ ਰੁਕਮਣੀ ਦੀ ਵੀ ਜਿਵੇਂ ਅੱਖ ਲੱਗ ਗਈ। ਕਿਸ ਤਰ੍ਹਾਂ ਦਾ ਸੁਪਨਾ ਉਹਨੂੰ ਆਇਆ ਸੀ। ਚੰਨ ਚਾਨਣੀ ਚ ਦੋਹਾਂ ਪਾਸੇ ਜਿੱਥੋਂ ਤੀਕ ਉਹਦੀ ਨਜ਼ਰ ਜਾਂਦੀ ਲੋਕੀ ਨੱਚ ਰਹੇ, ਗਾ ਰਹੇ, ਹੱਸ ਰਹੇ, ਖੇਡ ਰਹੇ। ਸਮੁੰਦਰ ਦੇ ਕੰਢੇ ਮਰਦ ਔਰਤਾਂ ਨਹਾ ਰਹੇ ਡੁੱਬ ਰਹੇ ਤਰ ਰਹੇ ਦੂਰ ਦੂਰ ਤੱਕ ਨਿਕਲ ਜਾਂਦੇ ਦੂਰ ਦੂਰ ਹੋ ਕੇ ਤਾਰੀਆਂ ਲਾਂਦੇ ਮੋੜ ਆਉਂਦੇ ਤੇ ਫਿਰ ਉਹਦੀ ਅੱਖ ਖੁੱਲ ਗਈ ਉਹਨਾਂ ਦੀ ਗੱਡੀ ਮਨਾਲੀ ਸਰਕਟ ਹਾਊਸ ਦੇ ਪਾਰ ਜਾ ਰੁਕੀ ਸੀ ਸਾਹਮਣੇ ਵਰਾਂਡੇ 'ਚ ਬੀਗਮ ਕਾਮਰਾਨ ਉਹਨਾਂ ਦੀ ਉਡੀਕ ਕਰ ਰਹੀ ਸੀ ਮੰਦ ਮੰਦ ਮੁਸਕਰਾ ਰਹੀ ਜੋਂਗਾ ਠੀਕ ਵਕਤ ਤੇ ਅਪੜਿਆ ਸੀ ਰੁਕਮਣੀ ਜੋਂਗੇ 'ਚ ਉਤਰੀ ਉਸ ਬੀਗਮ ਕਾਮਰਾਨ ਦੀਆਂ ਅੱਖਾਂ 'ਚ ਵੇਖਿਆ ਲੈ ਬੀਬੀ ਆਪਣੇ ਘਰ ਵਾਲੇ ਨੂੰ ਸੋਗਾ ਕਰ ਲੈ ਜਿਵੇਂ ਉਹਦੇ ਹੋਠਾਂ ਤੇ ਚਿਤਰਿਆ ਸੀ ਬੇਗਮ ਕਾਮਰਾਨ ਨੇ ਇੱਕ ਕਮਰੇ ਵੱਲ ਇਸ਼ਾਰਾ ਕੀਤਾ ਉਹ ਕਮਰਾ ਰੁਕਮਣੀ ਲਈ ਸੀ ਤੋ ਆਪਣੇ ਸ਼ੋਰ ਦੀ ਬਾਹ ਚ ਬਾਹ ਪਾਈ ਆਪਣੇ ਕਮਰੇ ਵੱਲ ਚਲੀ ਗਈ ਧੰਨਵਾਦ